ਕਾਰ ਦੀਆਂ ਦੋਵੇਂ ਖਿੜਕੀਆਂ ਖੋਲ ਕੇ ਸਟੰਟ ਕਰ ਰਹੇ ਇੱਕ ਵਿਅਕਤੀ ਨੂੰ ਕਾਫੀ ਮਹਿੰਗਾ ਪਿਆ। ਦਰਅਸਲ ਕਿਹਾ ਜਾ ਰਿਹਾ ਕਿ ਜਦੋਂ ਇਸ ਵਿਅਕਤੀ ਦੇ ਵੱਲੋਂ ਕਾਰ ਦੀਆਂ ਦੋਵੇਂ ਖਿੜਕੀਆਂ ਖੋਲ ਕੇ ਗਲੀ ਦੇ ਵਿੱਚ ਸਟੰਟ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਇੱਕ ਲੜਕੀ ਇਸ ਕਾਰ ਦੀ ਚਪੇਟ ਦੇ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਹਾਲਾਂਕਿ ਸਟੰਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ CCTV ਵੀ ਇਸ ਨੂੰ ਲੈ ਕੇ ਇੱਕ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੀਆਂ ਦੋਵੇਂ ਖਿੜਕੀਆਂ ਅਗਲੀਆਂ ਖੁੱਲੀਆਂ ਹੋਈਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੱਕ ਲੜਕੀ ਨੂੰ ਇਸ ਗੱਡੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਉੱਥੇ ਕਿਹਾ ਜਾ ਰਿਹਾ ਕਿ ਜਿਸ ਗੱਡੀ ਦੀਆਂ ਤਾਕੀਆਂ ਖੁੱਲੀਆਂ ਸੀ ਇਸਦੇ ਕਾਰਨ ਹੋਰ ਵੀ ਕਾਰਾਂ ਦਾ ਵੱਡਾ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਬਟਾਲਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ, ਜਿੱਥੇ ਕਿ ਗਲੀ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਕਾਰ ਦੀਆਂ ਦੋਵੇਂ ਤਾਕੀਆਂ ਖੋਲ੍ਹ ਕੇ ਸਟੰਟ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਇੱਕ ਲੜਕੀ ਇਸਦੀ ਚਪੇਟ ਦੇ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਅਤੇ ਦੱਸ ਦਈਏ ਕਿ ਇਸ ਗੱਡੀ ਦੀ ਤਾਕੀਆਂ ਖੁੱਲ੍ਹਣ ਦੇ ਨਾਲ ਆਲੇ ਦੁਆਲੇ ਖੜੀਆਂ ਹੋਰ ਵੀ ਗੱਡੀਆਂ ਨੂੰ ਵੱਡਾ ਨੁਕਸਾਨ ਪਹੁੰਚਿਆ। ਕਾਰ ਦੀਆਂ ਦੋਵੇਂ ਖਿੜਕੀਆਂ ਖੋਲ੍ਹ ਕੇ ਸਟੰਟ ਕਰ ਰਹੇ ਇੱਕ ਵਿਅਕਤੀ ਨੂੰ ਕਾਫੀ ਮਹਿੰਗਾ ਪਿਆ। ਦਰਅਸਲ ਕਿਹਾ ਜਾ ਰਿਹਾ ਕਿ ਜਦੋਂ ਇਸ ਵਿਅਕਤੀ ਦੇ ਵੱਲੋਂ ਕਾਰ ਦੀਆਂ ਦੋਵੇਂ ਖਿੜਕੀਆਂ ਖੋਲ੍ਹ ਕੇ ਗਲੀ ਦੇ ਵਿੱਚ ਸਟੰਟ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਇੱਕ ਲੜਕੀ ਇਸ ਕਾਰ ਦੀ ਚਪੇਟ ਦੇ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਹਾਲਾਂਕਿ ਸਟੰਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ CCTV ਵੀ ਇਸ ਨੂੰ ਲੈ ਕੇ ਇੱਕ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੀਆਂ ਦੋਵੇਂ ਖਿੜਕੀਆਂ ਅਗਲੀਆਂ ਖੁੱਲੀਆਂ ਹੋਈਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੱਕ ਲੜਕੀ ਨੂੰ ਇਸ ਗੱਡੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਉੱਥੇ ਕਿਹਾ ਜਾ ਰਿਹਾ ਕਿ ਜਿਸ ਗੱਡੀ ਦੀਆਂ ਤਾਕੀਆਂ ਖੁੱਲੀਆਂ ਸੀ ਇਸਦੇ ਕਾਰਨ ਹੋਰ ਵੀ ਕਾਰਾਂ ਦਾ ਵੱਡਾ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਬਟਾਲਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ, ਜਿੱਥੇ ਕਿ ਗਲੀ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਕਾਰ ਦੀਆਂ ਦੋਵੇਂ ਤਾਕੀਆਂ ਖੋਲ੍ਹ ਕੇ ਸਟੰਟ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਇੱਕ ਲੜਕੀ ਇਸਦੀ ਚਪੇਟ ਦੇ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਅਤੇ ਦੱਸ ਦਈਏ ਕਿ ਇਸ ਗੱਡੀ ਦੀ ਤਾਕੀਆਂ ਖੁੱਲ੍ਹਣ ਦੇ ਨਾਲ ਆਲੇ ਦੁਆਲੇ ਖੜੀਆਂ ਹੋਰ ਵੀ ਗੱਡੀਆਂ ਨੂੰ ਵੱਡਾ ਨੁਕਸਾਨ ਪਹੁੰਚਿਆ। ਕਾਰ ਦੀਆਂ ਦੋਵੇਂ ਖਿੜਕੀਆਂ ਖੋਲ੍ਹ ਕੇ ਸਟੰਟ ਕਰ ਰਹੇ ਇੱਕ ਵਿਅਕਤੀ ਨੂੰ ਕਾਫੀ ਮਹਿੰਗਾ ਪਿਆ। ਦਰਅਸਲ ਕਿਹਾ ਜਾ ਰਿਹਾ ਕਿ ਜਦੋਂ ਇਸ ਵਿਅਕਤੀ ਦੇ ਵੱਲੋਂ ਕਾਰ ਦੀਆਂ ਦੋਵੇਂ ਖਿੜਕੀਆਂ ਖੋਲ੍ਹ ਕੇ ਗਲੀ ਦੇ ਵਿੱਚ ਸਟੰਟ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਇੱਕ ਲੜਕੀ ਇਸ ਕਾਰ ਦੀ ਚਪੇਟ ਦੇ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਹਾਲਾਂਕਿ ਸਟੰਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ CCTV ਵੀ ਇਸ ਨੂੰ ਲੈ ਕੇ ਇੱਕ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੀਆਂ ਦੋਵੇਂ ਖਿੜਕੀਆਂ ਅਗਲੀਆਂ ਖੁੱਲੀਆਂ ਹੋਈਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੱਕ ਲੜਕੀ ਨੂੰ ਇਸ ਗੱਡੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਉੱਥੇ ਕਿਹਾ ਜਾ ਰਿਹਾ ਕਿ ਜਿਸ ਗੱਡੀ ਦੀਆਂ ਤਾਕੀਆਂ ਖੁੱਲੀਆਂ ਸੀ ਇਸਦੇ ਕਾਰਨ ਹੋਰ ਵੀ ਕਾਰਾਂ ਦਾ ਵੱਡਾ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਬਟਾਲਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ, ਜਿੱਥੇ ਕਿ ਗਲੀ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਕਾਰ ਦੀਆਂ ਦੋਵੇਂ ਤਾਕੀਆਂ ਖੋਲ੍ਹ ਕੇ ਸਟੰਟ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਇੱਕ ਲੜਕੀ ਇਸਦੀ ਚਪੇਟ ਦੇ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਅਤੇ ਦੱਸ ਦਈਏ ਕਿ ਇਸ ਗੱਡੀ ਦੀ ਤਾਕੀਆਂ ਖੁੱਲ੍ਹਣ ਦੇ ਨਾਲ ਆਲੇ ਦੁਆਲੇ ਖੜੀਆਂ ਹੋਰ ਵੀ ਗੱਡੀਆਂ ਨੂੰ ਵੱਡਾ ਨੁਕਸਾਨ ਪਹੁੰਚਿਆ।